ਜਿੰਨੀ ਮਾੜੀ ਇਸ ਦੁਕਾਨ ਦੇ ਵਿੱਚ ਲੁਟੇਰਿਆਂ ਦੇ ਨਾਲ ਹੋਈ ਸ਼ਾਇਦ ਪਹਿਲਾਂ ਕਦੇ ਨਾ ਦੇਖੀ ਹੋਵੇ। ਦਰਅਸਲ ਇਸ ਦੁਕਾਨ ਤੇ ਲੁੱਟ ਦੀ ਨੀਅਤ ਨਾਲ ਲੁਟੇਰੇ ਆਏ। ਸੁਨਿਆਰੀ ਦੀ ਦੁਕਾਨ ਹੈ ਔਰ ਇੱਕ ਲੁਟੇਰੇ ਨੇ ਸੋਨਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਨੇ ਡੰਡਾ ਚੁੱਕ ਲਿਆ। ਡੰਡਾ ਚੁੱਕ ਕੇ ਇਹਨਾਂ ਦੇ ਮਗਰ ਪੈ ਗਿਆ। ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ। ਬੇਰੰਗ ਲੁਟੇਰੇ ਪੁੱਠੇ ਪੈਰੀ ਵਾਪਸ ਭੱਜੇ ਨੇ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸੁਨਿਆਰੇ ਦੀ ਦੁਕਾਨ ਤੇ ਚਾਰ ਲੁਟੇਰੇ ਅੰਦਰ ਵੜੇ। ਆਉਣ ਸਾਰ ਇਹਨਾਂ ਨੇ ਪਿਸਤੌਲ ਤਾਣ ਲਏ। ਇੱਕ ਲੁਟੇਰੇ ਨੇ ਮੋਬਾਈਲਾਂ ਨੂੰ ਹੱਥ ਪਾਇਆ, ਦੂਜੇ ਨੇ ਸੋਨੇ ਨੂੰ ਹੱਥ ਪਾਇਆ। ਤਾਂ ਜਿੱਥੇ ਦੁਕਾਨਦਾਰ ਬੈਠਾ ਸੀ ਉੱਥੇ ਹੀ ਡੰਡਾ ਪਿਆ ਸੀ। ਡੰਡਾ ਚੁੱਕ ਕੇ ਇਸ ਸੁਨਿਆਰੇ ਨੇ ਘੁਮਾ ਦਿੱਤਾ ਔਰ ਇਹਨਾਂ ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ ਔਰ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਮੁੰਬਈ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦਾ ਸਾਹਮਣਾ ਬੜੀ ਹੀ ਦਲੇਰੀ ਦੇ ਨਾਲ ਇਸ ਸੁਨਿਆਰੇ ਦੇ ਵੱਲੋਂ ਕੀਤਾ ਗਿਆ ਔਰ ਇਸਨੇ ਆਪਣੀ ਕੁਰਸੀ ਦੇ ਨਾਲ ਹੀ ਡੰਡਾ ਰੱਖਿਆ ਸੀ ਔਰ ਡੰਡੇ ਨੂੰ ਲੈ ਕੇ ਹੀ ਇਹਨਾਂ ਨੇ ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ ਔਰ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਲੁੱਟ ਦੀ ਨੀਅਤ ਨਾਲ ਇੱਥੇ ਚਾਰ ਲੁਟੇਰੇ ਆਏ ਸੀ। ਇੱਕ ਦੇ ਹੈਲਮਟ ਔਰ ਬਾਕੀਆਂ ਦੇ ਮੂੰਹ ਬੰਨੇ ਹੋਏ ਸੀ, ਢੱਕੇ ਹੋਏ ਸੀ। ਤਾਂ ਲੁੱਟ ਦੀ ਨੀਅਤ ਨਾਲ ਇੱਥੇ ਦਾਖਲ ਹੋਏ ਪਰ ਆਪਣੇ ਮਨਸੂਬਿਆਂ ਦੇ ਵਿੱਚ ਫੇਲ ਹੋ ਕੇ ਇੱਥੋਂ ਮੁੜੇ ਨੇ। ਹਾਲਾਂਕਿ ਲੋਕਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਔਰ ਬਾਕੀ ਦੇ ਭੱਜ ਗਏ। ਪੁਲਿਸ ਦੇ ਕੋਲ ਮਾਮਲਾ ਪਹੁੰਚ ਗਿਆ ਔਰ ਇਹਨਾਂ ਲੁਟੇਰਿਆਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਸੁਨਿਆਰੇ ਨੇ ਬਹਾਦਰੀ ਦੇ ਨਾਲ, ਦਲੇਰੀ ਦੇ ਨਾਲ ਆਪਣੀ ਦੁਕਾਨ ਲੁੱਟਣ ਤੋਂ ਬਚਾ ਲਈ। ਇਹ ਚਾਰ ਲੁਟੇਰੇ ਪਿਸਤੌਲ ਲੈ ਕੇ ਹਥਿਆਰਾਂ ਦੇ ਜ਼ੋਰ ਤੇ ਇਹ ਦੁਕਾਨ ਨੂੰ ਲੁੱਟਣ ਆਏ ਸੀ ਪਰ ਡੰਡੇ ਦੇ ਜ਼ੋਰ ਤੇ ਸੁਨਿਆਰੇ ਨੇ ਇਹਨਾਂ ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਜਿੰਨੀ ਮਾੜੀ ਇਸ ਦੁਕਾਨ ਦੇ ਵਿੱਚ ਲੁਟੇਰਿਆਂ ਦੇ ਨਾਲ ਹੋਈ ਸ਼ਾਇਦ ਪਹਿਲਾਂ ਕਦੇ ਨਾ ਦੇਖੀ ਹੋਵੇ। ਦਰਅਸਲ ਇਸ ਦੁਕਾਨ ਤੇ ਲੁੱਟ ਦੀ ਨੀਅਤ ਨਾਲ ਲੁਟੇਰੇ ਆਏ। ਸੁਨਿਆਰੀ ਦੀ ਦੁਕਾਨ ਹੈ ਔਰ ਇੱਕ ਲੁਟੇਰੇ ਨੇ ਸੋਨਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਨੇ ਡੰਡਾ ਚੁੱਕ ਲਿਆ। ਡੰਡਾ ਚੁੱਕ ਕੇ ਇਹਨਾਂ ਦੇ ਮਗਰ ਪੈ ਗਿਆ। ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ। ਬੇਰੰਗ ਲੁਟੇਰੇ ਪੁੱਠੇ ਪੈਰੀ ਵਾਪਸ ਭੱਜੇ ਨੇ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸੁਨਿਆਰੇ ਦੀ ਦੁਕਾਨ ਤੇ ਚਾਰ ਲੁਟੇਰੇ ਅੰਦਰ ਵੜੇ। ਆਉਣ ਸਾਰ ਇਹਨਾਂ ਨੇ ਪਿਸਤੌਲ ਤਾਣ ਲਏ। ਇੱਕ ਲੁਟੇਰੇ ਨੇ ਮੋਬਾਈਲਾਂ ਨੂੰ ਹੱਥ ਪਾਇਆ, ਦੂਜੇ ਨੇ ਸੋਨੇ ਨੂੰ ਹੱਥ ਪਾਇਆ। ਤਾਂ ਜਿੱਥੇ ਦੁਕਾਨਦਾਰ ਬੈਠਾ ਸੀ ਉੱਥੇ ਹੀ ਡੰਡਾ ਪਿਆ ਸੀ। ਡੰਡਾ ਚੁੱਕ ਕੇ ਇਸ ਸੁਨਿਆਰੇ ਨੇ ਘੁਮਾ ਦਿੱਤਾ ਔਰ ਇਹਨਾਂ ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ ਔਰ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਮੁੰਬਈ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦਾ ਸਾਹਮਣਾ ਬੜੀ ਹੀ ਦਲੇਰੀ ਦੇ ਨਾਲ ਇਸ ਸੁਨਿਆਰੇ ਦੇ ਵੱਲੋਂ ਕੀਤਾ ਗਿਆ ਔਰ ਇਸਨੇ ਆਪਣੀ ਕੁਰਸੀ ਦੇ ਨਾਲ ਹੀ ਡੰਡਾ ਰੱਖਿਆ ਸੀ ਔਰ ਡੰਡੇ ਨੂੰ ਲੈ ਕੇ ਹੀ ਇਹਨਾਂ ਨੇ ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ ਔਰ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਲੁੱਟ ਦੀ ਨੀਅਤ ਨਾਲ ਇੱਥੇ ਚਾਰ ਲੁਟੇਰੇ ਆਏ ਸੀ। ਇੱਕ ਦੇ ਹੈਲਮਟ ਔਰ ਬਾਕੀਆਂ ਦੇ ਮੂੰਹ ਬੰਨੇ ਹੋਏ ਸੀ, ਢੱਕੇ ਹੋਏ ਸੀ। ਤਾਂ ਲੁੱਟ ਦੀ ਨੀਅਤ ਨਾਲ ਇੱਥੇ ਦਾਖਲ ਹੋਏ ਪਰ ਆਪਣੇ ਮਨਸੂਬਿਆਂ ਦੇ ਵਿੱਚ ਫੇਲ ਹੋ ਕੇ ਇੱਥੋਂ ਮੁੜੇ ਨੇ। ਹਾਲਾਂਕਿ ਲੋਕਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਔਰ ਬਾਕੀ ਦੇ ਭੱਜ ਗਏ। ਪੁਲਿਸ ਦੇ ਕੋਲ ਮਾਮਲਾ ਪਹੁੰਚ ਗਿਆ ਔਰ ਇਹਨਾਂ ਲੁਟੇਰਿਆਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਸੁਨਿਆਰੇ ਨੇ ਬਹਾਦਰੀ ਦੇ ਨਾਲ, ਦਲੇਰੀ ਦੇ ਨਾਲ ਆਪਣੀ ਦੁਕਾਨ ਲੁੱਟਣ ਤੋਂ ਬਚਾ ਲਈ। ਇਹ ਚਾਰ ਲੁਟੇਰੇ ਪਿਸਤੌਲ ਲੈ ਕੇ ਹਥਿਆਰਾਂ ਦੇ ਜ਼ੋਰ ਤੇ ਇਹ ਦੁਕਾਨ ਨੂੰ ਲੁੱਟਣ ਆਏ ਸੀ ਪਰ ਡੰਡੇ ਦੇ ਜ਼ੋਰ ਤੇ ਸੁਨਿਆਰੇ ਨੇ ਇਹਨਾਂ ਲੁਟੇਰਿਆਂ ਦੀਆਂ ਭਾਜੜਾਂ ਪਵਾ ਦਿੱਤੀਆਂ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।